क्या नाम है आपका? अशोक कुमार। अशोक कुमार जी, अशोक कुमार जी, तुम जी प्रॉब्लम सी बहुत सीधी, ये किन्नी देर तो सी? दो ढाई साल तो सी बीमारी। कि पता लगे जी थोड़ा बहुत सी हुई है? बहुत सी कभी ब्रीडिंग हो रही जी, कभी मतलब जी बाहर आया मास बाहर आता। अच्छा अच्छा जी, ये इलाज कराया पहले तुम्हें? अच्छा, अज इतने राणा हॉस्पिटल से इलाज कराने लिए आए हो, ਤੁਹਾਨੂੰ ਰਾਣਾ ਹਸਪਤਾਲ ਦਾ ਕਿਵੇਂ ਪਤਾ ਲੱਗਿਆ? ਆਹ ਹਸਪਤਾਲ ਲਈ ਸਾਨੂੰ ਤਾਂ ਸ਼ੁਰੂ ਤੋਂ ਹੀ ਪਤਾ, ਅਸੀਂ ਇੱਥੇ ਮਾਰਕੀਟਿੰਗ ਕਰਦੇ ਸਾਡੇ ਉਹਦੇ। ਅੱਛਾ, ਸਪਲਾਈ ਹੈ ਸਾਡੇ ਨਾ ਅੰਤਰ। ਅੱਛਾ, ਇਹ ਤੁਹਾਨੂੰ ਤਾਂ ਨਸ਼ਾਂ ਦੀ ਰਹਿੰਦੇ ਹੋਵੇ। ਅੱਛਾ, ਤੁਹਾਡਾ ਉਹਦੇ ਮਾਰਕੀਟ ਦੇ ਵਿੱਚ ਪਹਿਲਾਂ ਜਾਣਾ ਜਾਣਾ ਹੈਗਾ ਬਿਜ਼ਨਸ ਦੇ ਬਾਰੇ। ਹਾਂ ਠੀਕ ਠੀਕ, ਕਿੰਨੀ ਦੇਰ ਢਾਈ ਸਾਲ ਤੋਂ ਸੀ ਤੁਹਾਨੂੰ ਇਹ ਪ੍ਰੋਬਲਮ? ਕੀ ਪ੍ਰੋਬਲਮ ਰਹਿੰਦੀ ਸੀ ਤੁਹਾਨੂੰ, ਕੀ ਦਿੱਕਤ ਆਉਂਦੀ? ਖੂਨ ਆਉਂਦਾ ਸੀ? ਅੱਛਾ, ਬਰੀਡਿੰਗ ਹੋਣ ਲੱਗ ਗਈ ਜੀ, ਕਦੇ ਮਾਸ ਬਾਹਰ ਰਹਿਣ ਲੱਗ ਗਿਆ। ਅੱਛਾ, ਮਾਸ ਬਾਹਰ ਆ ਜਾਂਦਾ ਸੀ? ਕੋਈ ਨਾ ਕੋਈ ਟੋਟਕਾ ਕਰਕੇ ਮਾਸ ਨੂੰ ਅੰਦਰ ਕਰ ਲੈਂਦੇ, ਫਿਰ ਤੁਹਾਨੂੰ ਆਰਾਮ ਮਿਲ ਜਾਂਦਾ ਸੀ। ਨਹੀਂ ਤਾਂ ਜਿੰਨੀ ਦੇਰ ਮਾਸ ਬਾਹਰ ਰਹਿੰਦਾ ਸੀ ਓਨੀ ਦੇਰ ਬੜੀ ਤੰਗੀ। ਆਪਰੇਸ਼ਨ ਹੋ ਗਿਆ, ਹੁਣ ਤੁਹਾਨੂੰ ਕਿਵੇਂ ਲੱਗ ਰਿਹਾ? ਹੁਣ ਜਿਵੇਂ ਤੁਹਾਡੀ ਬਿਮਾਰੀ ਬਹੁਤ ਵਧੀ ਹੋਈ ਸੀ, ਤੁਹਾਡਾ ਸਾਰਾ ਮਾਸ ਖੁੱਲ ਕੇ ਬਾਹਰ ਆ ਜਾਂਦਾ ਸੀਗਾ, ਤਿੰਨ ਮੌਕੇ ਸੀਗੇ ਤੁਹਾਡੇ ਵੱਡੇ ਵੱਡੇ ਸਾਰੇ ਖੁੱਲ ਕੇ ਬਾਹਰ ਆ ਜਾਂਦੇ ਸੀ, ਉਹ ਮੌਕੇ ਸਾਰੇ ਸਾਫ਼ ਹੋ ਗਏ, ਹੁਣ ਤੁਹਾਨੂੰ ਰਿਲੈਕਸ ਫੀਲ ਹੋ ਰਿਹਾ? ਬਿਲਕੁਲ ਹੋ ਰਿਹਾ। ਠੀਕ ਹੈ, ਤੁਸੀਂ ਇੰਨਾ ਚਿਰ ਕਿਉਂ ਕੱਢਦਾ? ਆਪਣਾ ਪਹਿਲਾਂ ਇਲਾਜ ਕਿਉਂ ਨਹੀਂ ਕਰਾਇਆ ਹੈਗਾ? ਢਾਈ ਸਾਲ ਤੁਸੀਂ ਕੱਢ ਦਿੱਤਾ, ਆਪਣਾ ਪਹਿਲਾਂ ਕਿਉਂ ਨਹੀਂ ਆਪਾਂ ਇਹ ਸੋਚਿਆ ਕਿ ਆਪਾਂ ਇਹਦਾ ਇਲਾਜ ਕਰਾ ਲਈਏ? ਬਸ ਆ ਗਏ, ਅੱਜ ਜਾਂਦੇ ਕੱਲ੍ਹ ਜਾਂਦੇ, ਮੈਂ 12ਵੇਂ ਮਹੀਨੇ 'ਚ ਪਹਿਲਾਂ ਆਇਆ ਸੀ। ਅੱਛਾ ਜੀ, ਦਸੰਬਰ 'ਚ ਆਇਆ ਸੀਗਾ ਅਤੇ ਪੁੱਛ ਕੇ ਗਿਆ ਸੀਗਾ, ਕਾਰਡ ਬਣਾ ਲਿਆ ਸੀਗਾ ਮੈਂ ਆਪਣਾ। ਅੱਛਾ ਅੱਛਾ ਜੀ, ਤੁਸੀਂ ਸੋਚਿਆ ਵੀ ਜਦੋਂ ਆ ਜਾਂਦੇ ਤਾਂ ਫਿਰ ਕੰਮ ਦੇ ਰਿਕਾਰਡਿੰਗ ਪਹਿਲਾਂ ਤੁਸੀਂ ਆਏ ਸੀਗੇ, ਡਾਕਟਰ ਨੂੰ ਚੈੱਕ ਕਰਾ ਕੇ ਗਏ ਸੀ? ਅੱਛਾ, ਡਾਕਟਰ ਨੇ ਉਦੋਂ ਵੀ ਕਿਹਾ ਸੀ ਤੁਹਾਨੂੰ ਵੀ ਆਪਰੇਸ਼ਨ ਕਰਾ? ਆਪਰੇਸ਼ਨ ਕਰਾ। ਉਦੋਂ ਤੁਹਾਨੂੰ ਘਰ ਦੀ ਕੋਈ ਰੂਟੀਨ ਕੰਮ ਕਰਕੇ ਤੁਸੀਂ ਉਹਨੂੰ ਟਾਈਮ ਨਹੀਂ ਲੈਂਦੇ? ਹਾਂ, ਬਸ ਕੰਮ ਦੇ ਥੋੜ੍ਹਾ ਟਾਈਮ ਨਹੀਂ ਲੱਗੇ। ਅਤੇ ਹੁਣ ਜਿਹੜਾ ਤੁਸੀਂ ਇੰਨਾ ਟਾਈਮ ਕੱਢਿਆ, ਉਹਦੇ ਨਾਲ ਬਿਮਾਰੀ ਵਧੀ ਹੋ ਗਿਆ, ਕੱਢੀ ਨਹੀਂ ਹੈਗੀ? ਹਾਂਜੀ ਹਾਂ। ਠੀਕ ਹੈ, ਕਹਿਣ ਦਾ ਮਤਲਬ ਵੀ ਆਪਾਂ ਨੂੰ ਟਾਈਮ ਸਿਰ ਇਲਾਜ ਕਰਾ ਲੈਣਾ ਚਾਹੀਦਾ। ਠੀਕ ਹੈ, ਤੁਹਾਡੀ ਹੁਣ ਇੱਕ ਗੱਲ ਹੈ ਵੀ ਓਪਰੇਸ਼ਨ ਦੇ ਨਾਮ ਨੂੰ ਲੈ ਕੇ ਨਾ ਮਰੀਜ਼ਾਂ ਦੇ ਮਨ 'ਚ ਇੱਕ ਬਹੁਤ ਵੱਡਾ ਡਰ ਹੈ ਵੀ ਓਪਰੇਸ਼ਨ ਵੀ ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਹੈ। ਪੇਸ਼ੈਂਟ ਡਰਦੇ ਬਹੁਤ ਨੇ ਵੀ ਕੋਈ ਕਹਿੰਦਾ ਵੀ ਮੈਂ ਆਪਰੇਸ਼ਨ ਕਰਾ ਕੇ ਮੇਰੇ ਰੀੜ੍ਹ ਦੀ ਹੱਡੀ 'ਚ ਟੀਕਾ ਲੱਗੂਗਾ। ਤੁਹਾਡੇ ਕੋਈ ਰੀੜ੍ਹ ਦੀ ਹੱਡੀ 'ਚ ਟੀਕਾ ਲੱਗਿਆ? ਅਤੇ ਜਿਵੇਂ ਇੱਕ ਓਪਰੇਸ਼ਨ ਤੋਂ ਬਾਅਦ ਹੁੰਦਾ ਵੀ ਹਸਪਤਾਲ 'ਚ ਦਾਖਲ ਰਹਿਣਾ ਪਊਗਾ, ਠੀਕ ਹੈ ਨਾ? ਹੁਣ ਤੁਸੀਂ 2-3 ਘੰਟੇ ਬਾਅਦ ਤੁਹਾਨੂੰ ਛੁੱਟੀ ਹੋ ਰਹੀ ਹੈ, ਤੁਸੀਂ ਘਰ ਜਾ ਰਹੇ ਹੋ, ਬਿਲਕੁਲ ਕੰਫਰਟੇਬਲ ਹੋ, ਤੁਸੀਂ ਖਾ ਵੀ ਲਿਆ, ਤੁਰ ਫਿਰ ਕੇ ਦੇਖ ਲਿਆ, ਬਿਲਕੁਲ ਰਿਲੈਕਸ ਹੋ, ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ। ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਪੇਸ਼ੈਂਟ ਇਸ ਚੀਜ਼ ਤੋਂ ਡਰਦੇ ਨੇ ਵੀ ਓਪਰੇਸ਼ਨ ਦੇ ਨਾਮ ਨੂੰ ਲੈ ਕੇ ਡਰਦੇ ਨੇ, ਉਹਨਾਂ ਨੂੰ ਇੱਕ ਮੈਸੇਜ ਦਿਓ ਤੁਸੀਂ ਆਪਣੇ ਵੱਲੋਂ ਵੀ ਜਿਹੜੇ ਇਸ ਬਿਮਾਰੀ ਨਾਲ ਪੀੜਿਤ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਮੈਂ ਸਹੀ ਕਹਾਂ ਜੀ, ਜੇ ਕਿਸੇ ਨੂੰ ਕੋਈ ਤਕਲੀਫ ਹੈ ਇਸ ਵੀ ਅਜਿਹੀ ਬਿਮਾਰੀ ਦੀ, ਹਾਂਜੀ ਤਾਂ ਜਲਦੀ ਤੋਂ ਜਲਦੀ ਆ, ਹਾਂਜੀ ਹਾਂ, ਆਪਣਾ ਟ੍ਰੀਟਮੈਂਟ ਸ਼ੁਰੂ ਕਰਾਉਣ ਦਾ, ਆਪਰੇਸ਼ਨ ਕਰਾਉਣ, ਕੋਈ ਅਸੀਂ ਗਲਤ ਤਾਂ ਹੈ ਕਿਉਂਕਿ ਕੋਈ ਘਬਰਾਉਣ ਵਾਲੀ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਤੁਹਾਡਾ ਹੁਣ ਪ੍ਰੈਕਟੀਕਲ ਐਕਸਪੀਰੀਅੰਸ ਹੋ ਚੁੱਕਿਆ, ਸਾਡੇ ਨਾਲੋਂ ਜ਼ਿਆਦਾ ਵਧੀਆ ਤੁਸੀਂ ਦੱਸ ਸਕਦੇ ਹੋ। ਆਪਾਂ ਨੂੰ ਇਹਨਾਂ ਨਾਲ ਗੱਲ ਕਰਕੇ ਪਤਾ ਲੱਗੇ ਵੀ ਓਪਰੇਸ਼ਨ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਓਪਰੇਸ਼ਨ ਕੋਈ ਵੱਡੀ ਗੱਲ ਨਹੀਂ ਹੈਗੀ, ਬਹੁਤ ਛੋਟਾ ਜਿਹਾ ਪ੍ਰੋਸੀਜਰ ਹੈ, ਇੱਕ ਦਿਨ ਦੇ ਵਿੱਚ ਸਾਰਾ ਕੁਛ ਹੋ ਜਾਂਦਾ, 15-20 ਮਿੰਟ ਓਪਰੇਸ਼ਨ ਨੂੰ ਲੱਗਦੇ ਨੇ, ਠੀਕ ਹੈ ਨਾ ਜੀ? ਇਸ ਤਰ੍ਹਾਂ ਹੀ ਹੈ, 2-3 ਘੰਟੇ ਬਾਅਦ ਬੰਦਾ ਨਾਲ ਦੀ ਨਾਲ ਆਪਣਾ ਖਾ ਪੀ ਸਕਦਾ, ਤੁਰ ਫਿਰ ਸਕਦਾ, ਅਤੇ ਨਾਲ ਦੀ ਨਾਲ ਆਪਣਾ ਘਰ ਨੂੰ ਜਾ ਸਕਦਾ ਵਾਪਿਸ, ਅਤੇ ਨੈਕਸਟ ਡੇ ਉਹ ਆਪਣੇ ਕੰਮ 'ਤੇ ਵੀ ਜਾ ਸਕਦਾ। ਹੁਣ ਇਹ ਇਹਨਾਂ ਦਾ ਓਪਰੇਸ਼ਨ ਹੋਇਆ, ਜੇ ਤੁਸੀਂ ਦੇਖੋ ਵੀ ਇਹ ਪੇਸ਼ੈਂਟ ਫਿੱਟ ਹੈ ਬਿਲਕੁਲ, ਹੁਣ ਜੇ ਆਪਣਾ ਚਾਹਣ ਤਾਂ ਅੱਜ ਵੀ ਆਪਣੀ ਦੁਕਾਨ ਖੋਲ੍ਹ ਸਕਦੇ ਨੇ ਜਾ ਕੇ, ਇਸ ਤਰ੍ਹਾਂ ਹੀ ਹੈ ਕੁਛ? ਬਿਲਕੁਲ ਜੀ, ਠੀਕ ਹੈ ਜੀ, ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈਗੀ, ਅਤੇ ਮੈਂ ਵੀ ਇਹੀ ਕਹਿੰਦਾ, ਸਰ ਨੇ ਵੀ ਇਹੀ ਕਿਹਾ
ਵੀ ਜੇ ਕਿਸੇ ਪੇਸ਼ੈਂਟ ਨੂੰ ਕੋਈ ਵੀ ਦਿੱਕਤ ਹੈ, ਚਾਹੇ ਥੋੜੀ ਹੈ ਚਾਹੇ ਬਹੁਤੀ ਹੈ, ਉਹਨੂੰ ਇਮੀਡੀਏਟਲੀ ਆ ਕੇ ਆਪਣਾ ਚੈੱਕਅਪ ਕਰਾਉਣਾ ਚਾਹੀਦਾ, ਜੇ ਤਾਂ ਕਿ ਉਹਦਾ ਜੇ ਸ਼ੁਰੂਆਤ 'ਚ ਚੈੱਕਅਪ ਹੋ ਜਾਏਗਾ ਤਾਂ ਉਹਦਾ ਹੱਲ ਦਵਾਈ ਨਾਲ ਵੀ ਹੋ ਸਕਦਾ, ਜ਼ਰੂਰੀ ਨਹੀਂ ਸਾਰਿਆਂ ਦਾ ਆਪਰੇਸ਼ਨ ਹੀ ਹੋਣਾ। ਇਸ ਕਰਕੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਆਪਣਾ ਨਾਲ ਦੀ ਨਾਲ ਚੈੱਕਅਪ ਕਰਾਓ ਅਤੇ ਅੰਦਰ ਟ੍ਰੀਟਮੈਂਟ ਹੋ ਜਾਓ। ਥੈਂਕ ਯੂ।